ਲੈਣ ਤਾਂ ਇਸ ਮਕਸਦ ਵਾਸਤੇ ਜਦੋਂ ਇਕੱਠੇ ਹੋ ਕੇ ਬਹਿ ਜਾਣ ਜਿਹੜੇ ਥੱਲੇ ਦਬਾ ਦੇ ਇੰਜਨ ਉਹ ਮਰ ਜਾਂਦੇ ਨੇ। ਅੱਛਾ, ਤਾਂ ਲਾਈ ਦਾ ਇਹਨਾਂ ਨੇ ਤੇ ਰਾਤ ਨੂੰ? ਰਾਤ ਨੂੰ ਇੰਜ ਲਾਈਦਾ, ਇੱਕ ਬੰਦਾ ਲਾਉਂਦਾ ਉਹ ਸੌਂ ਜਾਂਦਾ, ਦੂਸਰਾ ਫਿਰ ਲਾਉਂਦਾ ਰਹਿੰਦਾ, ਉਹਨੂੰ ਨਿੰਜਰ ਆਏ ਤੇ ਉਹ ਸੌਂ ਜਾਂਦਾ, ਫਿਰ ਦੂਜੇ ਬੰਦੇ ਨੇ ਇਸ ਤਰ੍ਹਾਂ ਡਿਊਟੀ ਭੁਗਤਾਨੀ। ਠੀਕ ਹੈ। ਅੱਛਾ, ਹੁਣ ਬਜ਼ੁਰਗੋ ਅਪ੍ਰੈਲ ਦਾ ਮਹੀਨਾ ਜੀ, ਯਾਨੀ ਨਾ ਹੁਣ ਸਮਝ ਲਓ ਗਰਮੀ ਸ਼ੁਰੂ ਹੋ ਗਈ ਹੈ। ਹਾਂ, ਹੁਣ ਇਹਨਾਂ ਦਾ ਜਿਹੜਾ ਟੈਂਪਰੇਚਰ ਹੈ ਉਹ ਭੱਠੀ ਲਾਉਂਦੇ ਹੋ ਜਾਂ ਨਹੀਂ ਲਾਉਂਦੇ? ਭੱਠੀ ਅਸੀਂ ਤਾਂ ਲਾਉਂਦੇ ਹਾਂ, ਜੇ ਘੱਟ ਹੋਏ ਨਾ ਤਾਂ ਫਿਰ ਲਾਉਣੇ ਪੈਂਦੇ। ਅੱਛਾ, ਅਗਰ ਪੂਰਾ ਹੋਏ ਤਾਂ ਫਿਰ ਭੱਠੀ ਬੰਦ ਹੋਣੀ। ਹਲੇ ਪੂਰਾ ਨਾ, ਇਸ ਟਾਈਮ ਤੇ ਬਜ਼ੁਰਗੋ 29 ਹੈ ਟੈਂਪਰੇਚਰ। ਹਾਂ, ਫਿਰ ਭੱਠੀ ਬੰਦ। ਅੱਛਾ, ਇਸ ਟਾਈਮ ਸਹੀ ਟੈਂਪਰੇਚਰ ਹੈ ਜੀ। ਤੇ ਕਿੰਨਾ ਹੋਏ ਟੈਂਪਰੇਚਰ ਤੇ ਭੱਠੀ ਲਾਉਂਦੇ ਹੋ? ਭੱਠੀ ਅਸੀਂ ਉਹ 25-26 ਹੋਏ ਜਾਂ 20 ਡੇਟ ਗੇਟ 'ਚ ਹੋਏ, ਫਿਰ ਭੱਠੀ ਲਾਉਣੀ ਪੈਂਦੀ। ਭੱਠੀ ਲਾਉਣੀ ਪੈਂਦੀ ਜੀ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਇਹ ਵੀ ਲੇਅਰ ਹੈ ਜੀ, ਇਹ ਕਿੰਨੇ ਦਾ ਚੂਜ਼ਾ ਤੁਹਾਨੂੰ ਪਿਆ ਸੀ? 100 ਰੁਪਏ ਦਾ ਇੱਕ ਲਿਆ ਜੀ। ਤੇ ਕਿੰਨਾ ਲੈ ਗਿਆ ਇਹ ਹੁਣ? 4000। ਹੁਣ ਕਿੰਨੀ ਖੁਰਾਕ ਖਾਂਦੇ ਨੇ ਇਸ ਟਾਈਮ? ਇਹ 1.5 ਬੋਰੀ। ਅੱਛਾ, 1.5 ਬੋਰੀ ਰੋਜ਼ਾਨਾ ਦੀ? ਹਾਂ। ਠੀਕ ਹੈ। ਇਹਨਾਂ ਦੀਆਂ ਚੁੰਝਾਂ ਕਿੱਦਾਂ ਕੱਟਣੀਆਂ ਨੇ? ਚੁੰਝਾਂ ਹੋ ਸਕਦਾ ਕੱਲ੍ਹ ਕਟਾਈਏ ਜਾਂ ਪਰਸੋਂ। ਅੱਛਾ, ਅਤੇ ਕਿੰਨੇ ਦਿਨਾਂ ਬਾਅਦ ਕਟਾਈਦਾ ਚੁੰਝਾਂ? ਹਾਂਜੀ, ਕੱਲ੍ਹ 10 ਦਿਨਾਂ ਦਾ ਹੋ ਜਾਂਦਾ। ਅੱਛਾ, ਤੇ ਕਿਹੜੀ ਚੁੰਝ ਕਟਾਈਦਾ? ਥੱਲੇ ਵਾਲੀ ਚੁੰਝ। ਪਹਿਲਾਂ ਕੋਈ ਇੰਜੈਕਸ਼ਨ ਜਾਂ ਟੀਕਾ ਜਾਂ ਕੋਈ ਵੈਕਸੀਨ ਹੋਣੀ? ਕਿੰਨਿਆਂ ਦਿਨਾਂ 'ਚ ਹੋਣੀ ਹੈ ਇਹ? 18-20 ਦਿਨਾਂ 'ਚ ਫਿਰ ਵੈਕਸੀਨ ਹੋਣੀ। 18-20 ਦਿਨ, ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਵੀ ਫਿਰ ਮਹੀਨੇ ਬਾਅਦ। ਮਹੀਨੇ ਬਾਅਦ? ਹਾਂ। ਇਹ ਕਿੰਨੀਆਂ ਹੋਣੀਆਂ ਇਹਨਾਂ ਨੂੰ ਟੀਕੇ ਵੀ ਲੱਗਦੇ, ਵੈਕਸੀਨੇਸ਼ਨ ਹੋਣੀ? ਇਹ ਟੀਕੇ ਬਾਬਾ ਨੇ, ਮੈਂ ਤੈਨੂੰ ਹੁਣ ਕਿੰਨੇ ਕੁ ਦੱਸਾਂ? ਅੱਛਾ, ਡਾਕਟਰ ਨੇ ਹੀ ਬਸ ਰਾਬਤਾ ਕਰਨਾ ਨਾ? ਬਿਲਕੁਲ, ਡਾਕਟਰ ਨੇ ਦੱਸਣਾ। ਜਿਹੜੀ ਵੀ ਬਿਮਾਰੀ ਹੁਣ ਕੋਈ ਐਂਟੀ ਆ ਜਾਂਦੀ ਉਹਦੀ ਦਵਾਈ ਵੱਖਰੀ ਹੈ, ਬੁਖਾਰ ਆ ਜੀ ਉਹਦੀ ਵੱਖਰੀ ਹੈ। ਠੀਕ ਹੈ। ਮਿਸਾਲ ਦੇ ਤੌਰ ਗਰਦਨ ਜਿਹਨੂੰ ਆਖਦੇ ਧੋਣ ਡਿੰਗੀ ਬਿਮਾਰੀ ਵਾਲੀ, ਉਹ ਵੱਖਰੀ ਹੈ। ਤੁਹਾਡੇ ਕੋਲ ਤੇ ਪਹਿਲੇ ਵੀ ਮਾਲ ਹੈ ਵੇ, ਤੁਸੀਂ ਇਹ ਕਿਉਂ ਲੈਂਦੇ ਨੇ? ਇਹ ਇਸ ਮਾਰੇ ਲੈਂਦਾ ਤਾਂ ਪਹਿਲਾਂ ਜਦੋਂ ਅੱਗੋਂ ਦਸਾਲਾ ਮਾਲ ਹੋ ਜਾਣਾ ਨਾਲ ਇਹ ਵੀ ਰਲ ਜਾਏਗਾ, ਜਿੰਨਾ ਉਹਨੇ ਆਂਡਾ ਘਟਾਉਣਾ। ਹਾਂ ਹਾਂ, ਅੱਗੋਂ ਇਹਦੇ ਨਾਲ ਰਲ ਜਾਏਗਾ, ਯਾਨੀ ਪਿੱਛੋਂ ਤੁਹਾਡੀ ਪ੍ਰੋਡਕਸ਼ਨ ਪੂਰੀ ਹੁੰਦੀ ਜਾਏਗੀ। 2 ਸਾਲ ਬਾਅਦ ਇਹਨੇ ਜਵਾਨ ਹੋਣਾ? ਸਹੀ, 6-5 ਮਹੀਨਿਆਂ ਬਾਅਦ। ਅੱਛਾ, ਜਦੋਂ ਪਹਿਲਾ ਆਂਡਾ ਜਦੋਂ ਸਟਾਰਟ ਕਰਦੇ ਨੇ ਤੇ ਕਿੱਦਾਂ ਆਂਡਾ ਹੁੰਦਾ? ਛੋਟਾ, ਜਿਵੇਂ ਘੁੱਗੀ ਦਾ ਆਂਡਾ ਹੁੰਦਾ ਨਾ। ਅੱਛਾ ਅੱਛਾ ਅੱਛਾ, ਪਹਿਲਾਂ ਉਹ ਦੇਣਾ, ਫਿਰ ਆਸਤੇ ਆਸਤੇ। ਜਿਹੜਾ ਛੋਟਾ ਆਂਡਾ ਹੈ ਉਹ ਕਿੱਥੇ ਸੇਲ ਕਰਦੇ ਹੋ? ਉਹ ਵੀ ਇੱਥੋਂ ਖਰਚੇ ਨੇ ਡੀਲਰ ਹੀ। ਉਹ ਕਿੰਨੇ ਤੱਕ ਲਾਈ ਜਾਂਦੇ ਨੇ? ਉਹ ਉਦੋਂ ਸਟਾਰਟਰ ਉਹਨੂੰ ਆ ਜਾਂਦੇ ਰੇਟ ਦੇ ਹਿਸਾਬ ਨਾਲ, 800 ਦੀ ਵੀ ਪੇਟੀ, 1000 ਦੀ ਵੀ ਪੇਟੀ, 2000 ਦੀ ਜਿੰਨ ਦਾ ਸੀਜ਼ਨ ਹੋਏ। ਉਹ ਕਿੱਥੇ ਸਮਾਲ ਹੁੰਦਾ ਛੋਟਾ ਆਂਡਾ? ਘਰਾਂ 'ਚ ਨਹੀਂ ਹੁੰਦਾ? ਘਰਾਂ 'ਚ ਨਹੀਂ, ਉਹ ਇਚਰੀਆਂ ਇੱਥੇ ਮਾਇਆ ਛੋਟੇ ਜਿਹੜੇ ਰਸਾਂ ਦੀਆਂ ਵਿਕਰੀਆਂ। ਅੱਛਾ ਅੱਛਾ ਅੱਛਾ, ਫੌਜੀਆਂ ਨੂੰ ਬਹੁਤਾ ਹੁੰਦਾ। ਅੱਛਾ, ਹਾਂ ਠੀਕ ਹੈ। ਵੱਡੇ ਚ ਛੋਟਾ ਵੀ ਇਸਤੇਮਾਲ ਕਰਕੇ ਉਸੇ ਰੇਟ ਕੱਢ ਲੈਂਦੇ ਪੈਸੇ ਦੀ ਬਾਤ। ਬਿਲਕੁਲ ਸਹੀ ਹੋ ਗਿਆ। ਲੋ ਬਜ਼ੁਰਗੋ, ਉਮੀਦ ਹੈ ਸਾਡੇ ਨਾਜ਼ਰੀਨ ਨੂੰ ਇਹ ਵੀਡੀਓ ਬੜੀ ਅੱਛੀ ਲੱਗੇਗੀ ਔਰ ਪਸੰਦ ਆਏਗੀ, ਔਰ ਕੋਈ ਵੀ ਕਿਸੇ ਨੇ ਕਾਰੋਬਾਰ ਸ਼ੁਰੂ ਕਰਨਾ ਹੋਏਗਾ ਤਾਂ ਇਸ ਵੀਡੀਓ ਨੂੰ ਜ਼ਰੂਰ ਪਸੰਦ ਕਰੇਗਾ ਜੀ। ਅਤੇ ਅੱਲਾਹ ਤਾਲਾ ਤੁਹਾਡੇ ਕੰਮ ਦੇ ਅੰਦਰ ਔਰ ਉਮਰ ਦੇ ਅੰਦਰ ਬਰਕਤ ਦੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ।